ਗੀਤਾਂ ਜੀ ਤੁਹਾਡੇ ਫਾਦਰ ਸਾਹਿਬ ਸੁਰਜੀਤ ਪਿੰਦਰਖੀਆ ਜੀ ਪੰਜਾਬੀ ਇੰਡਸਟਰੀ ਦੇ ਇੱਕ ਬਹੁਤ ਵੱਡੇ ਲੈਜੈਂਡ ਸੀ ਤੁਸੀਂ ਕੀ ਮਹਿਸੂਸ ਕਰਦੇ ਹੋ ਤੁਸੀਂ ਉਹਨਾਂ ਦੇ ਕਿੰਨੇ ਕੁ ਨੇੜੇ ਪਹੁੰਚ ਸਕਦੇ ਹੋ ਦੇਖੋ ਜੀ ਜੋ ਵੀ ਮੈਂ ਹਾਂ ਸਿਰਫ ਉਹਨਾਂ ਕਰਕੇ ਹੀ ਹਿੱਸੇ ਆਈਆਂ ਗੱਲਾਂ ਬਹੁਤ ਵੱਡੀਆਂ ਉਹਨੇ ਹੀ ਦਵਾਈਆਂ ਕੋਠੀਆਂ ਤੇ ਗੱਡੀਆਂ ਪਹਿਲਾਂ ਉਹਨੇ ਕੀਤੀ ਪਲਵਾਨੀ ਰੱਜ ਕੇ ਗਾਇਕੀ ਦੇ ਵਿੱਚ ਜਦੋਂ ਆਇਆ ਗੱਜ ਕੇ ਗਾਇਕੀ ਦੇ ਵਿੱਚ ਜਦੋਂ ਆਇਆ ਗੱਜ ਕੇ ਫਿਰਦੀ ਸੀ ਦੁਨੀਆ ਲੈਵਲ ਨਾਪਦੀ ਫਿਰਦੀ ਸੀ ਦੁਨੀਆ ਲੈਵਲ ਨਾਪਦੀ ਅੱਜ ਮੁੰਡਾ ਗੱਲ ਬਸ ਕਰੂ ਬਾਪ ਦੀ ਅੱਜ ਮੁੰਡਾ ਗੱਲ ਬਸ ਕਰੂ ਬਾਪ ਦੀ ਫਿਰ ਕਿਸੇ ਦਿਨ ਤੈਨੂੰ ਦੱਸੂ ਆਪ ਦੀ ਫਿਰ ਕਿਸੇ ਦਿਨ ਤੈਨੂੰ ਦੱਸੂ ਆਪ ਦੀ ਅੱਜ ਮੁੰਡਾ ਗੱਲ ਬਸ ਅੱਜ ਮੁੰਡਾ ਗੱਲ ਬਸ ਕਰੂ ਬਾਪ ਦੀ ਅੱਜ ਮੁੰਡਾ ਗੱਲ ਬਸ ਕਰੂ ਬਾਪ ਦੀ ਪਿਓ ਦੇ ਹੁੰਦਿਆਂ ਮਾਂ ਮੇਰੀ ਨੂੰ ਪਤਾ ਨਹੀਂ ਸੀ ਫਲੋਪ ਕੀ ਹੁੰਦਾ ਉਹਨੂੰ ਤਾਂ ਬਸ ਆਹੀ ਪਤਾ ਸੀ ਸਿੰਗਿੰਗ ਦੇ ਵਿੱਚ ਟੌਪ ਕੀ ਹੁੰਦਾ ਉਸੇ ਥਾਂ ਤੇ ਹੋਵਾਂ ਮੇਰੇ ਵੱਲ ਝਾਕਦੀ ਮੈਂ ਉਸੇ ਥਾਂ ਤੇ ਹੋਵਾਂ ਮੇਰੇ ਵੱਲ ਝਾਕਦੀ ਅੱਜ ਮੁੰਡਾ ਗੱਲ ਬਸ ਅੱਜ ਮੁੰਡਾ ਗੱਲ ਬਸ ਕਰੂ ਬਾਪ ਦੀ ਫਿਰ ਕਿਸੇ ਦਿਨ ਤੁਹਾਨੂੰ ਦੱਸੂ ਆਪ ਦੀ ਅੱਜ ਮੁੰਡਾ ਗੱਲ ਬਸ ਕਰੂ ਬਾਪ ਦੀ ਅੱਜ ਮੁੰਡਾ ਗੱਲ ਬਸ ਕਰੂ ਬਾਪ ਦੀ ਜਿਹੜਾ ਨੀ ਰੱਖੀਏ ਦਾ ਗੋਤ ਪੈਸਿਆ ਬੈਂਸ ਬੈਂਸ ਦਾ